ਗੁਰਪ੍ਰਤਾਪ ਵਡਾਲਾ ਸਾਡੇ ਨਾਲ ਜੁੜ ਚੁੱਕੇ ਨੇ। ਵਡਾਲਾ ਸਾਹਿਬ, ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਹੋਏ ਨੇ ਫਿਲਹਾਲ, ਨਿੱਗਰ ਦੇ ਬਹੁਤ ਜ਼ਿਆਦਾ ਨਿੱਗਰ ਦੇ ਨਜ਼ਰ ਆ ਰਹੇ ਨੇ, ਜ਼ਮਾਨਤ ਵੀ ਜ਼ਬਤ ਹੋਣ ਦੀ ਨਜ਼ਰ ਆ ਰਹੀ ਹੈ, ਕਿਸ ਤਰ੍ਹਾਂ ਦੇਖਦੇ ਪਏ ਹੋ? ਦੇਖੋ, ਇੱਦਾਂ ਜਿਵੇਂ ਸਾਨੂੰ ਆਸ ਨਹੀਂ ਸੀ ਇੰਨੀਆਂ ਥੋੜੀਆਂ ਵੋਟਾਂ ਪੈਣਗੀਆਂ ਸ਼੍ਰੋਮਣੀ ਅਕਾਲੀ ਦਲ ਨੂੰ, ਪਰ ਇਹ ਇਸ ਰਿਜ਼ਲਟ ਤੋਂ ਬੜਾ ਕਲੀਅਰ ਸੰਕੇਤ ਆ ਕਿ ਜਿਹੜਾ ਵੋਟਿੰਗ ਪੈਟਰਨ ਆ, ਇੱਕ ਮਹੀਨੇ ਸਵਾ ਮਹੀਨੇ ਚ ਇੰਨਾ ਸ਼ਿਫਟ ਕਰ ਗਿਆ, ਜਿੱਥੇ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਸੀ, ਅੱਜ ਉਹ ਬਹੁਤ ਵੱਡੀ ਲੀਡ ਨਾਲ ਜਿੱਤ ਰਹੀ ਆ। ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਸੀ, ਤੀਜੇ ਨੰਬਰ ਤੇ ਚੱਲ ਰਹੀ ਆ, ਤੇ ਉਹ ਵੀ ਬਹੁਤ ਥੋੜੀਆਂ ਵੋਟਾਂ ਉਹਨਾਂ ਨੂੰ ਮਿਲ ਰਹੀਆਂ, ਬੀਜੇਪੀ ਨੂੰ ਥੋੜੀਆਂ ਮਿਲ ਰਹੀਆਂ। ਸੋ ਇਹ ਜਿਹੜਾ ਸਰਕਾਰ ਦਾ ਜ਼ੋਰ ਸੀ, ਸਰਕਾਰ ਦਾ ਅਸਰ ਰਸੂਖ ਸੀ, ਉਹ ਆਪਣਾ ਵਰਤ ਗਏ ਤੇ ਲੋਕਾਂ ਨੇ ਸਰਕਾਰ ਨੂੰ ਵੋਟਾਂ ਪਾਤੀਆਂ, ਇਹ ਕਹਿ ਸਕਦੇ ਹਾਂ। ਬਾਕੀ ਜੋ ਸਰਕਾਰ ਨੇ ਕੀਤਾ, ਜੋ ਇੱਥੇ ਜਿਵੇਂ ਉਹਨਾਂ ਨੇ ਲੋਕਾਂ ਨੂੰ ਪੈਸੇ ਦਿੱਤੇ ਜਾਂ ਹੋਰ ਚੀਜ਼ਾਂ ਵੰਡੀਆਂ, ਉਹ ਆਪਣੇ ਸਾਰਿਆਂ ਦੇ ਸਾਹਮਣੇ ਆ। ਸੋ ਇਹ ਮਤਲਬ ਬੜਾ ਕਹਿ ਲਓ ਇੱਕ ਨਾ ਇਲੈਕਸ਼ਨ ਸਿਸਟਮ ਦੇ ਵਿੱਚ ਬੜਾ ਮੰਦਭਾਗਾ ਦੌਰ ਆ ਕਿ ਲੋਕ ਕਿਸੇ ਵਿਚਾਰਧਾਰਾ ਨਾਲ ਨਹੀਂ ਖੜੇ, ਲੋਕ ਸਾਰੇ ਜਿੱਧਰ ਨੂੰ ਹਵਾ ਆਉਂਦੀ ਆ ਜਾਂ ਆਪਣੇ ਨਿੱਜੀ ਕੰਮਾਂ ਕੁੰਮਾਂ ਲਈ ਜਾਂ ਕੋਈ ਹੋਰ ਕਿਸੇ ਆਪਣੇ ਗਰਜ਼ਾਂ ਲਈ ਲੋਕ ਉੱਧਰ ਵੋਟਾਂ ਪਾ ਦਿੰਦੇ ਆ। ਨਹੀਂ ਤਾਂ ਬੀਜੇਪੀ ਦੀ ਕਾਂਗਰਸ ਪਾਰਟੀ ਦੀ ਇੰਨੀ ਬੁਰੀ ਹਾਲ ਨਹੀਂ ਸੀ ਹੋਣੀ। ਚਲੋ ਅਕਾਲੀ ਦਲ ਤਾਂ ਅੱਗੇ ਲੜਿਆ ਨੀ ਇਸ ਹਲਕੇ ਤੋਂ ਇਲੈਕਸ਼ਨ, ਜ਼ਿਆਦਾਤਰ ਤਾਂ ਬੀਜੇਪੀ ਲੜਦੀ ਰਹੀ ਆ ਜਾਂ BSP ਨਾਲ ਜਦੋਂ ਸੀਗਾ BSP ਲੜਦੀ ਸੀ, ਪਰ ਅਸੀਂ ਤਾਂ ਇੱਕ ਸਿੰਬੋਲਿਕ ਲੜਾਈ ਦਿੱਤੀ ਆ। ਅਸੀਂ ਅਕਾਲੀ ਦਲ ਦੀ ਜਿਹੜੀ ਸੀਗੀ ਇੱਥੇ ਆਪਣਾ ਬੇਸ, ਅਕਾਲੀ ਦਲ ਦਾ ਜਿਹੜਾ ਇੱਥੇ ਪ੍ਰਵਾਸ ਸੀਗਾ, ਅਸੀਂ ਉਹਨੂੰ ਨਹੀਂ ਸੀ ਪਾਸੇ ਕਰਨਾ ਚਾਹੁੰਦੇ ਜਾਂ ਉਹਨੂੰ ਖਤਮ ਨਹੀਂ ਸੀ ਹੋਣ ਦੇਣਾ ਚਾਹੁੰਦੇ। ਸੋ ਲੜਾਈ ਤਾਂ ਲੜਨੀ ਪੈਂਦੀ ਆ ਚਾਹੇ ਕੋਈ ਹੋਵੇ, ਤੇ ਬਟ ਇਹਦੇ ਵਿੱਚ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿੰਨੀਆਂ ਵੋਟਾਂ ਸਮਝਦੇ ਸੀ ਪੈਣੀਆਂ ਚਾਹੀਦੀਆਂ ਉਹ ਪਈਆਂ ਨਹੀਂ, ਪਰ ਉਹ ਵੋਟਾਂ ਜ਼ਿਆਦੀਆਂ ਸਾਰੀਆਂ ਪਾਰਟੀ ਦੀਆਂ ਸਰਕਾਰ ਵੱਲ ਚਲੀ ਗਈਆਂ। ਨਹੀਂ ਝਾੜੂ ਲੋਕ ਸਭਾ ਤੀਜੇ ਨੰਬਰ ਤੇ ਸੀਗਾ, ਅੱਜ ਉਹ 30-35 ਹਜ਼ਾਰ ਨਾਲ ਜਿੱਤ ਰਿਹਾ ਜਾਂ ਵੱਧ ਨਾਲ ਜਿੱਤ ਰਿਹਾ। ਸੋ ਲੋਕਾਂ ਨੇ ਸਰਕਾਰ ਦਾ ਜਿਹੜਾ ਅਸਰ ਸੀ ਜਾਂ ਸਰਕਾਰ ਦਾ ਜ਼ੋਰ ਸੀ ਉਹ ਮੰਨ ਲਿਆ, ਇਹ ਕਹਿ ਸਕਦੇ ਆ। ਅੱਛਾ ਵਡਾਲਾ ਸਾਹਿਬ, ਥੋੜੀ ਦੇਰ ਪਹਿਲਾਂ ਨਾ ਸਾਡੇ ਨਾਲ ਕੁਲਵੰਤ ਸਿੰਘ ਮੰਨਣ ਜੁੜੇ ਹੋਏ ਸੀਗੇ, ਉਹਨਾਂ ਨੇ ਗੱਲ ਕਹੀ ਹੈ, ਉਹਨਾਂ ਦੇ ਵਰਡ ਸੀਗੇ ਕਿ ਸਿਰਫ ਬਾਗੀ ਧੜੇ ਦੀ ਜ਼ਿੱਦ ਦੇ ਕਾਰਨ ਅਕਾਲੀ ਦਲ ਦੀ ਅਕਸ ਜਿਹੜਾ ਉਹ ਖਰਾਬ ਹੋਇਆ। ਇੱਦਾਂ ਜੀ ਵੀ ਸਾਡੀ ਜ਼ਿੱਦ ਕਾਹਦੀ ਸੀ, ਤਾਂ BSP ਨੂੰ ਆਪਣੇ ਛੱਡ ਕੇ ਤਾਂ ਦੌੜ ਗਏ ਇਹ, ਇਹ ਕਾਹਦੇ ਅਕਾਲੀ ਆ ਜਿਹੜੇ ਮੈਦਾਨ ਛੱਡ ਕੇ ਦੌੜ ਗਏ। ਇਹ ਜਿਹੜਾ ਮੰਨਣ ਸਾਹਿਬ, ਇਹ ਤਾਂ ਪਹਿਲੇ ਦਿਨ ਤੋਂ ਇਲੈਕਸ਼ਨ ਲੜਨ ਦਾ ਦੇ ਹੱਕ ਚ ਨਹੀਂ ਸੀਗਾ। ਇਹਨੂੰ ਕਈ ਤਰ੍ਹਾਂ ਦੀ ਲੋਕ ਗੱਲਾਂ ਕਰਦੇ ਆ ਵੀ ਪਤਾ ਨੀ ਇਹਦੇ ਸਰਕਾਰ ਨਾਲ ਕੋਈ ਇਹਦਾ ਕੀ ਆ, ਆਪਣਾ ਇਹ ਕੰਮ ਕਾਰੋਬਾਰ ਕਰਕੇ ਆ, ਵੀ ਇਹ ਬਾਈ ਇਲੈਕਸ਼ਨ ਚ ਪੈਰ ਨੀ ਸੀ ਪਟਣਾ ਚਾਹੁੰਦਾ ਪਹਿਲੇ ਦਿਨ ਤੋਂ। ਚਲੋ ਅਸੀਂ ਲੜਾਈ ਲੜੀ ਆ, ਤਕੜੀ ਚੋਣ ਨਿਸ਼ਾਨ ਅਕਾਲੀ ਦਲ ਦਾ ਆ, ਤੇ ਜੇ ਇਹਨਾਂ ਨੇ ਵੀ ਤਾਂ BSP ਦੀ ਮਦਦ ਕੀਤੀ ਆ, ਇਹਨਾਂ ਨੇ BSP ਦੀ ਮਦਦ ਕਰਕੇ ਕਿਹੜਾ ਚਾਰ ਚੰਨ ਚੜ੍ਹਤੇ। ਸੋ ਗੱਲ ਇਹ ਨੀ ਹੁੰਦੀ, ਗੱਲ ਜੇ ਤਕੜੀ ਦਾ ਨਿਸ਼ਾਨ ਸੀ ਤੇ ਸਾਰਿਆਂ ਨੂੰ ਤਕੜੀ ਮਗਰ ਜ਼ੋਰ ਲਾਉਣਾ ਚਾਹੀਦਾ ਸੀ। ਤੇ ਜਿਹੜਾ ਕੋਈ ਸੁਰਜੀਤ ਕੌਰ ਨਾ ਤਾਂ ਕਿਸੇ ਦੀ ਨਿੱਜੀ ਕੈਂਡੀਡੇਟ ਸੀ, ਉਹ ਅਕਾਲੀ ਦਲ ਦੀ ਕੈਂਡੀਡੇਟ ਸੀ। ਅਸੀਂ ਤਾਂ ਸਿਰਫ ਅਕਾਲੀ ਦਲ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ, ਤਾਂ ਕਿ ਲੋਕੀ ਇਹ ਨਾ ਕਹਿਣ ਵੀ ਏਡੀ ਪੁਰਾਣੀ ਪਾਰਟੀ ਆ, ਏਡੀ ਤਕੜੀ ਜਮਾਤ ਆ ਪੰਥ ਦੀ, ਵੀ ਇਹਨਾਂ ਦੇ ਪੱਲੇ ਕੁਛ ਨੀ, ਵੀ ਇਲੈਕਸ਼ਨ ਤੋਂ ਦੌੜ ਗਏ ਇਸ ਕਰਕੇ ਇਲੈਕਸ਼ਨ ਲੜੀ ਆ, ਜ਼ਿਆਦਾ ਸਿੰਬੋਲਿਕ ਸੀ। ਤੇ ਚਲੋ ਕੋਈ ਨੀ, ਵੋਟਾਂ ਘੱਟ ਵੱਧ ਹੋਣੀਆਂ ਹੀ ਆ, ਇਹ ਤਾਂ ਦਿਸਦਾ ਹੀ ਟ੍ਰੈਂਡ ਵੀ ਲੋਕਾਂ ਨੇ ਸਰਕਾਰ ਕਰਕੇ ਪਾਤੀ ਆ।
ਤੇ ਇਹਦੇ ਚ ਤਾਂ ਇਹ ਤਾਂ ਜਿਹੜੇ ਬੰਦੇ ਗੱਲਾਂ ਕਰ ਰਹੇ ਤਾਂ ਦੌੜ ਗਏ, ਪਿੱਠ ਦਿਖਾ ਗਏ, ਪੁਲਿਸ ਦੇ ਨਾਲ ਹੀ ਗੱਲ ਕੀਤੀ ਇਹਨਾਂ ਨੇ, ਸੋ ਏਦਾਂ ਦੀ ਗੱਲ ਨੀ ਹੈਗੀ। ਪਰ ਠੀਕ ਹੈ, ਸਰਕਾਰ ਦਾ ਅਸਰ ਸੁਖ ਹੁੰਦਾ ਹੈ, ਵਰਤ ਗਈ ਸਰਕਾਰ ਆਪਣਾ, ਇਹਦੇ ਚ ਆਪਾਂ ਕੀ ਕਹਿ ਸਕਦੇ ਹਾਂ। ਬਾਈ ਇਲੈਕਸ਼ਨ ਹੁੰਦੀ ਹੈ ਏਦਾਂ ਦੀ, ਪਰ ਤੈਨ ਲੱਗ ਗਈ ਬੀਜੇਪੀ ਦੀ ਵੀ, ਤੈਨ ਲੱਗ ਗਈ ਕਾਂਗਰਸ ਦੀ ਵੀ, ਇਹ ਵੀ ਨਾਲ ਹੈਗਾ। ਅੱਛਾ ਬਟਾਲਾ ਸਾਹਿਬ, ਮੈਂ ਆਖਰੀ ਸਵਾਲ ਤੁਹਾਨੂੰ ਪੁੱਛਣਾ ਹੈ, ਕਿਉਂਕਿ ਇਹ ਜੋ ਹੋਇਆ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜੋ ਹਾਲਾਤ ਬਣੇ ਨੇ, ਤੁਹਾਨੂੰ ਐਂ ਨਹੀਂ ਪ੍ਰਤੀਤ ਹੁੰਦਾ ਕਿ ਆਉਂਦੇ ਸਮੇਂ ਦੇ ਉੱਤੇ ਉਹਨਾਂ ਸਾਰੇ ਲੀਡਰਾਂ ਦੇ ਉੱਤੇ, ਤੁਹਾਡੇ ਸਮੇਤ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਨਿਤਰਨਾ ਚਾਹੁੰਦੇ ਸੀਗੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਹੋ ਸਕਦਾ? ਕਿਉਂਕਿ ਕੁਲਵੰਤ ਸਿੰਘ ਮੰਨਣ ਨੇ ਇਸ਼ਾਰਾ ਜ਼ਰੂਰ ਦਿੱਤਾ, ਕਹਿੰਦੇ ਕਿ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਉਸ ਦੇ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਸੋਚਿਆ ਜਾਵੇਗਾ। ਚਲੋ ਜੀ, ਇਹਦਾ ਐਕਸ਼ਨ ਉਕਸ਼ਨ ਦਾ ਕਾਹਦੇ ਐਕਸ਼ਨ, ਜਿਹੜੇ ਮਰਜ਼ੀ ਕੋਈ ਆਪਣੇ ਜਿਹੜੇ ਕਰਨਾ ਕਰ ਸਕਦਾ, ਇਹਦੀ ਕਿਹੜੀ ਗੱਲ ਹੈ। ਪਹਿਲਾਂ ਤਾਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕੁਲਵੰਤ ਸਿੰਘ ਮੰਨਣ, ਮੈਂਬਰ SGPC ਆ, ਇਹ ਸਾਡੇ ਨਾਲ 20 ਵਾਰੀ ਗੱਲਾਂ ਕਰਦਾ ਰਿਹਾ ਵੀ ਅਕਾਲੀ ਦਲ ਦੀ ਬੜੀ ਦੁਰ ਕੀਤਾ ਆਪਣੇ ਦੁਰਦਸ਼ਾ ਆ, ਤੇ ਇਹਦਾ ਕੋਈ ਆਪਾਂ ਨੂੰ ਹੱਲ ਲੱਭਣਾ ਪਊਗਾ, ਏਦਾਂ ਕਿੱਦਾਂ ਕਿੰਨੀ ਦੇਰ ਚੱਲੂਗਾ। ਅਕਾਲ ਤਖ਼ਤ ਸਾਹਿਬ ਤੇ ਜਾਣ ਦੀ ਗੱਲ ਕਰਦਾ ਜੀ, ਮੈਂਬਰ SGPC ਆ ਇਹ, ਅਸੀਂ ਤਾਂ ਪਹਿਲਾਂ ਅਕਾਲ ਤਖ਼ਤ ਸਾਹਿਬ ਕੋਲ ਗਏ ਆ, ਪਹਿਲਾਂ ਉੱਥੋਂ ਸੁਰਖਰੂ ਹੋ ਕੇ ਆਵਾਂਗੇ ਗੁਰੂ ਸਾਹਿਬ ਦੇ ਅਸਥਾਨ ਤੋਂ, ਫਿਰ ਦੇਖੀ ਜਾਊਗੀ ਕਿੱਦਾਂ ਹੁੰਦਾ ਆ, ਤਾਂ ਕੀ ਇੱਥੇ। ਠੀਕ ਹੈ, ਠੀਕ ਹੈ ਬਟਾਲਾ ਸਾਹਿਬ, ਬਹੁਤ ਸ਼ੁਕਰੀਆ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।